ਮੈਂ ਬਲਕਰਨ ਸਿੰਘ ਬਰਾੜ, ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ। ਅੱਜ ਅਸੀਂ ਇੱਥੇ ਬਠਿੰਡਾ ਟੀਚਰ ਹੋਮ ਦੇ ਵਿੱਚ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਜੋ ਮੀਟਿੰਗ ਹੋਈ ਹੈ ਉਸ ਦੇ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਲਾਗੂ ਕਰਵਾਉਣ ਲਈ ਇੱਥੇ ਜ਼ਿਲ੍ਹਾ ਪੱਧਰੀ ਜਿਹੜੀ ਮੀਟਿੰਗ ਆ ਉਹ ਕਰਨ ਵਾਸਤੇ ਇਕੱਠੇ ਹੋਏ ਹੈ। ਕੱਲ੍ਹ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਲੁਧਿਆਣੇ ਦੇ ਵਿੱਚ ਮੀਟਿੰਗ ਕੀਤੀ ਹੈ ਜਿਹਦੇ 'ਚ 34 ਜਥੇਬੰਦੀਆਂ ਸ਼ਾਮਿਲ ਹੋਈਆਂ। ਮੋਰਚੇ ਤੋਂ ਬਾਹਰ ਇੱਕ ਵੱਡੀ ਜਥੇਬੰਦੀ BKU ਅਗਰਾਹਾਂ ਉਹ ਵੀ ਸ਼ਾਮਿਲ ਹੋਈ ਹੈ ਉਹਨਾਂ ਦੀ ਸੂਬਾ ਲੀਡਰਸ਼ਿਪ। ਉਹਦੇ ਜੋ ਫੈਸਲੇ ਹੋਏ ਨੇ ਉਹਨਾਂ ਦੇ ਵਿੱਚ 20 ਤਰੀਕ ਤੋਂ ਲੈ ਕੇ ਅਸੀਂ 22 ਤਰੀਕ ਤੱਕ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਨੇ ਨੇ, ਪਰਚੀ ਮੁਕਤ ਕਰਨੇ ਨੇ। ਇਹਦੇ ਨਾਲ ਨਾਲ BJP ਦੇ ਜਿੰਨੇ ਵੱਡੇ ਆਗੂ ਨੇ, ਕੋਈ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸੂਬਾ ਆਗੂ ਨੇ ਜਾਂ ਕੇਂਦਰੀ ਆਗੂ ਨੇ, MP MLA ਨੇ, ਉਹਨਾਂ ਦੇ ਘਰਾਂ ਮੂਹਰੇ ਅਸੀਂ ਪ੍ਰਦਰਸ਼ਨ ਕਰਨਾ, ਧਰਨਾ ਦੇਣਾ ਦਿਨ ਰਾਤ ਦਾ, 3 ਦਿਨ ਦਾ, ਯਾਨੀ ਘਰਾਓ ਨਹੀਂ ਕਰਨਾ, ਮਤਲਬ ਕਿ ਧਰਨਾ ਦੇਣਾ। ਇਹ ਗੱਲ ਮੈਂ ਸਪਸ਼ਟ ਕਰਦਿਆਂ, ਕਈ ਵਾਰੀ ਕੇਡਰ 'ਚ ਗਲਤ ਗੱਲ ਚੱਲੀ ਜਾਂਦੀ ਹੈ। ਇਸ ਪ੍ਰੋਗਰਾਮ ਜਿਹੜਾ ਹੈਗਾ ਅਸੀਂ 16 ਤਰੀਕ ਦਾ ਜਿਹੜਾ ਭਾਰਤ ਬੰਦ ਦਾ ਪ੍ਰੋਗਰਾਮ ਸੀ ਉਹ ਵੀ ਇੱਕ ਏਜੰਡਾ ਸੀ ਕੱਲ੍ਹ ਦੀ ਮੀਟਿੰਗ ਦਾ। ਉਸ 'ਚ ਸਾਰੀਆਂ ਪੰਜਾਬ ਦੇ ਮੋਰਚੇ ਨੇ ਉਸ ਦੀ ਸਫਲਤਾ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਜਿਹੜਾ ਲਗਾਤਾਰ ਮੈਦਾਨ ਦੇ ਵਿੱਚ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 20 ਤਰੀਕ ਨੂੰ ਕੇਂਦਰੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੈ ਉਹ ਦਿੱਲੀ ਦੇ ਵਿੱਚ ਸੁਰਜੀਤ ਭਵਨ 'ਚ ਹੋ ਰਹੀ ਹੈ। ਉੱਥੇ ਅਸੀਂ ਇਸ 20 ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਹੈ ਦੇਸ਼ ਵਿਆਪੀ ਉਹ ਵੱਡੇ ਪੱਧਰ 'ਤੇ ਪ੍ਰੋਗਰਾਮ ਦੇਵਾਂਗੇ ਤਾਂ ਕਿ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਹੈ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ ਅਤੇ ਸਮਾਂ ਪਾਸ ਕਰ ਰਹੀ ਹੈ ਵੀ ਹੁਣ ਇਲੈਕਸ਼ਨ ਦੇ ਦਿਨ ਨੇ, ਚੋਣ ਜ਼ਾਬਤਾ ਲੱਗਣ ਵਾਲਾ ਹੈ। ਇਸ ਕਰਕੇ ਅਸੀਂ ਅੰਦੋਲਨ ਨੂੰ ਹੁਣ ਤੇਜ਼ ਕਰਨ ਜਾ ਰਹੇ ਹਾਂ। ਦਿੱਲੀ ਜਾਣ ਬਾਰੇ ਵੀ ਸੋਚਿਆ ਜਾ ਸਕਦਾ? ਦੇਖੋ ਜਿਹੜੀ 20 ਤਰੀਕ ਦੀ ਮੀਟਿੰਗ ਹੈ ਉਹਦੇ 'ਚ ਵੱਡੇ ਫੈਸਲੇ ਲਏ ਜਾਣਗੇ, ਜਿਵੇਂ ਦੇਸ਼ ਪੱਧਰ 'ਤੇ ਕੋਈ ਟਰੈਕਟਰ ਮਾਰਚ ਜਾਂ ਸੜਕਾਂ 'ਤੇ ਟਰੈਕਟਰ ਖੜ੍ਹੇ ਕਰਨਾ, ਕੋਈ ਦਿੱਲੀ ਦੇ ਵਿੱਚ ਕੋਈ ਪ੍ਰੋਗਰਾਮ ਪਲੈਨ ਕਰਨਾ ਅਤੇ ਦਿੱਲੀ ਮਾਰਚ ਦਾ ਪ੍ਰੋਗਰਾਮ ਵੀ ਹੋ ਸਕਦਾ ਹੈ। ਪਰ ਫਿਲਹਾਲ ਜਿਵੇਂ ਪੰਜਾਬ ਦੇ ਮੋਰਚੇ ਨੇ ਕੱਲ੍ਹ ਮਤਲਬ ਕਿ ਜਿਵੇਂ ਕੋਈ ਕੁਝ ਜਥੇਬੰਦੀਆਂ ਉੱਥੇ ਐਜੀਟੇਸ਼ਨ ਕਰ ਰਹੀਆਂ ਨੇ ਅਤੇ ਉਹਨਾਂ ਦੀ ਤਰਜ਼ 'ਤੇ ਕੋਈ ਕਿਸੇ ਬਾਰਡਰ 'ਤੇ ਬੈਠਣ ਤੋਂ ਇਨਕਾਰ ਕੀਤਾ ਅਤੇ ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਸਮੱਸਿਆਵਾਂ ਨੇ। ਪੰਜਾਬ ਦੀ ਆਰਥਿਕਤਾ ਜਿਹੜੀ ਪਹਿਲਾਂ ਹੀ ਡੁੱਬੀ ਹੋਈ ਹੈ ਉਸ ਨੂੰ ਢਾਹ ਲੱਗਣੀ ਹੈ ਅਤੇ ਦੂਜੀ ਗੱਲ ਇਹ ਵੱਡੇ ਪੱਧਰ 'ਤੇ ਕਬਾਇਨਾਂ ਜਾ ਰਹੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਹੈ ਜਿਹੜਾ ਸਾਡੇ ਇੱਥੇ ਬਠਿੰਡੇ ਜ਼ਿਲ੍ਹੇ ਦੇ ਨਾਲ ਵਾਲੇ ਵੀ ਮਤਲਬ ਕਿ ਹਰਿਆਣਾ ਪੁਲਿਸ ਜਾਂ ਕੋਈ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਹੋ ਸਕਦੇ ਉਹ ਤੰਗ ਪਰੇਸ਼ਾਨ ਕਰ ਰਹੇ, ਉਹ ਵੀ ਏਜੰਡਾ ਆਇਆ ਸੀ, ਉਹ ਵੀ ਅਸੀਂ ਉਹਨਾਂ ਨੂੰ ਤਾੜਨਾ ਕੀਤੀ ਹੈ ਵੀ ਤੂੜੀ ਵਾਲੀਆਂ ਮਸ਼ੀਨਾਂ ਅਤੇ ਕਬਾਇਨਾਂ ਅਤੇ ਖਾਸ ਕਰਕੇ ਆਲੂ ਦਾ ਸੀਜ਼ਨ ਚੱਲ ਰਿਹਾ, ਵਪਾਰੀ ਆ ਰਿਹਾ, ਉਹ ਸਾਰਾ ਇੱਕਦਮ ਰੁਕਿਆ ਹੋਇਆ। ਇਸ ਕਰਕੇ ਅਸੀਂ ਫੈਸਲਾ ਕੀਤਾ ਵੀ ਇਹ ਬਾਰਡਰ ਹੈ ਜਿਹੜੇ ਅਸੀਂ ਜਾਮ ਨਹੀਂ ਕਰਾਂਗੇ। ਅਤੇ ਰੇਲਵੇ ਦਾ ਜਿੱਥੋਂ ਤੱਕ ਸਵਾਲ ਹੈ, ਰੇਲਵੇ ਦਾ ਭਗਤ ਰਵਿਦਾਸ ਜੀ ਦਾ ਦਿਹਾੜਾ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਨਾਂ ਨੇ ਬੱਲਾਂ ਵਾਲੇ ਸੰਤਾਂ ਨੇ ਸਾਨੂੰ ਕੱਲ੍ਹ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ 'ਤੇ ਬੇਨਤੀ ਕੀਤੀ ਸੀ ਵੀ ਟ੍ਰੇਨਾਂ ਦਾ ਤੁਸੀਂ ਪ੍ਰੋਗਰਾਮ ਕੋਈ ਨਾ ਦਿਓ। ਉਸ ਨੂੰ ਦੇਖਦਿਆਂ ਹੋਇਆ ਟ੍ਰੇਨਾਂ ਦਾ ਪ੍ਰੋਗਰਾਮ ਘੱਟੋ ਘੱਟ ਅਸੀਂ 1 ਹਫ਼ਤੇ ਵਾਸਤੇ ਨਹੀਂ ਦੇ ਰਹੇ ਅਤੇ ਉਸ ਤੋਂ ਅੱਗੇ ਇਹੋ ਜਿਹੇ ਵੱਡੇ ਪ੍ਰੋਗਰਾਮ ਕੋਈ ਜਾਮ ਬਾਰੇ ਦਿੱਤੇ ਜਾ ਸਕਦੇ ਆ। ਮੈਂ ਬਲਦੇਵ ਸਿੰਘ ਭਾਈ ਰੂਪਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਬਠਿੰਡਾ। ਅੱਜ ਮੀਟਿੰਗ ਕੀਤੀ ਹੈ, ਕਿਸ ਤਰ੍ਹਾਂ ਅੱਜ ਮੀਟਿੰਗ ਕੀਤੀ ਆ? ਕੱਲ੍ਹ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਹੋਈ ਆ ਉਹਨੇ ਨਵੇਂ ਫੈਸਲੇ ਲਏ ਆ ਜਿਹਦੇ ਵਿੱਚ ਕੱਲ੍ਹ ਤੋਂ ਹੀ 20, 21 ਅਤੇ 22 ਫਰਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ।
ਤਿੰਨ ਦਿਨਾਂ ਦੀ ਖਾਤਰ 24 ਘੰਟੇ ਅਸੀਂ ਉੱਥੇ ਦਿਨ ਰਾਤ ਦੇ ਜਿਹੜੇ ਹੈਗੇ ਧਰਨੇ ਲਾਵਾਂਗੇ। ਇਸੇ ਤਰ੍ਹਾਂ ਹੀ ਜਿਹੜਾ ਹੈਗਾ BJP ਦੇ ਜਿਹੜੇ ਲੀਡਰ ਆ ਵੱਡੇ, ਚਾਹੇ ਉਹ ਸੂਬਾ ਪ੍ਰਧਾਨ ਆ, ਚਾਹੇ ਕੋਈ MLA ਉਹਨਾਂ ਦਾ ਜਾਂ ਕੋਈ ਮੰਤਰੀ ਆ, ਉਹਨਾਂ ਦੇ 12 ਦੇ ਵਿੱਚ ਵੀ ਦਿਨ ਰਾਤ ਦੇ ਧਰਨੇ ਲਾਏ ਜਾਣਗੇ। ਉਹਦਾ ਮੁੱਖ ਕਾਰਨ ਇਹੀ ਆ ਕਿ ਜਿਹੜਾ ਹਰਿਆਣੇ ਦੇ ਬਾਰਡਰਾਂ 'ਤੇ ਬੈਠੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਕਿਸਾਨ ਆ ਜਿਨ੍ਹਾਂ 'ਤੇ ਜ਼ਬਰ ਢਾਹਿਆ, ਉਸ ਜ਼ਬਰ ਦੇ ਵਿਰੋਧ ਦੇ ਵਿੱਚ ਅਤੇ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਜਿਹੜਾ ਵਾਅਦਾ ਖਿਲਾਫੀ ਕੀਤੀ ਆ, ਉਹਨੇ ਲਿਖਤੀ ਤੌਰ 'ਤੇ ਜਦੋਂ ਦਿੱਲੀਓਂ ਮੋਰਚਾ ਜਿੱਤ ਕੇ ਆਏ ਸੀਗੇ MSP ਬਾਰੇ ਕਾਨੂੰਨ ਬਣਾਉਣ ਵਾਸਤੇ ਕਮੇਟੀ ਕਿਹਾ ਸੀਗਾ, ਉਹ ਕਮੇਟੀ ਦਾ ਅੱਜ ਤੱਕ ਨਹੀਂ ਕੁਛ ਬਣਿਆ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਆਗੂਆਂ ਦੇ ਉੱਤੇ ਪਰਚੇ ਪਾਏ ਸੀਗੇ, ਉਹ ਲਮਕੀ ਜਾਂਦੇ ਆ। ਲਖਮੀਰਪੁਰ ਖੀਰੀ ਵਾਲੇ ਆ ਜਿਹੜਾ ਹੈਗਾ, ਉਹ ਸਾਡੇ ਕਿਸਾਨਾਂ ਨੂੰ ਜਿਹੜੇ ਉਹ ਕੇਂਦਰੀ ਰਾਜ ਮੰਤਰੀ ਦੇ ਮੁੰਡੇ ਨੇ ਆਪਣੀਆਂ ਗੱਡੀਆਂ ਥੱਲੇ ਦੇ ਕੇ ਦਰੜਤੇ ਸੀਗੇ, ਉਹਨਾਂ ਨੂੰ ਇਨਸਾਫ ਦੀ ਗੱਲ ਆ, ਉਹਨਾਂ ਨੂੰ ਮੁਆਵਜ਼ੇ ਦੀ ਗੱਲ ਆ। ਇਹਨਾਂ ਤਮਾਮ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਉਹ 3 ਦਿਨਾਂ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਅਤੇ BJP ਦੇ ਜਿਹੜੇ ਆਗੂ ਆ ਉਹਨਾਂ ਦੇ 12 ਮੂਹਰੇ ਧਰਨੇ ਲਾਏ ਜਾਣਗੇ। ਹਰਿਆਣਾ ਪੁਲਿਸ ਵੱਲੋਂ ਪੰਜਾਬ 'ਚ ਆ ਕੇ ਜਿਹੜੇ ਅਥਰੂਗੰਜ ਸਿੱਟੇ ਗਏ ਆ, ਪਰ ਪੰਜਾਬ ਸਰਕਾਰ ਵੱਲੋਂ ਆਪਣਾ ਬਿਆਨ ਵੀ ਨਹੀਂ ਦਿੱਤਾ ਗਿਆ ਅਜੇ ਤੱਕ ਜੀ। ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਉਹ ਤਾਂ ਵਿਚੋਲਗੀ ਕਰ ਰਿਹਾ। ਪਹਿਲਾਂ ਅਸੀਂ ਸਾਲ ਭਰ ਦਿੱਲੀ ਰਹੇ ਹਾਂ, ਕੋਈ ਪੰਜਾਬ ਦਾ ਮੁੱਖ ਮੰਤਰੀ, ਕੋਈ ਹਰਿਆਣੇ ਦਾ ਮੁੱਖ ਮੰਤਰੀ, ਕਿੰਨੀਆਂ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਆਇਆ, ਇਹ ਬੈਠਾ, ਇਹ ਸਾਰਾ ਕੁਛ ਰਲਮੀ ਮਿਲਮੀ ਗੇਮ ਆ ਇਹਨਾਂ ਦੀ, ਇਹ ਕਰਾ ਰਿਹਾ। ਨਹੀਂ ਤਾਂ ਕਾਨੂੰਨੀ ਤੌਰ 'ਤੇ ਹਰਿਆਣੇ ਦੀ ਪੁਲਿਸ 'ਤੇ ਪਰਚਾ ਬਣਦਾ, ਕਿਉਂਕਿ ਪੰਜਾਬ ਦੇ ਉੱਤੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਆ ਕੇ ਜਿਹੜਾ ਜ਼ਬਰ ਕੀਤਾ, ਇਹ ਰਲੇ ਹੋਏ ਕਰਕੇ ਜਿਹੜਾ ਹੈਗਾ ਇਹ ਸਾਰੀ ਗੇਮ ਲੱਗੀ ਹੋਈ ਆ।